ਸਭ ਦਾ ਸਵਾਗਤ ਹੈ YouTube ਚੈਨਲ ਪੋਲਿਟਿਕ ਲਾਈਵ ਤੇ ਹਾਜ਼ਰ ਹਾਂ ਜੀ ਇਸ ਪੋਸਟ ਦੇ ਵਿੱਚ ਬਾਸਮਤੀ ਬਾਰੇ ਕੁਝ ਜਾਣਕਾਰੀ ਲੈ ਕੇ ਉੱਤਰੀ ਭਾਰਤ ਵਿੱਚ ਇਸ ਵਾਰੀ ਬਾਸਮਤੀ ਝੋਨੇ ਦੀ ਫਸਲ ਉਤਪਾਦਨ ਦੇ ਵਿੱਚ ਭਾਰੀ ਗਰਾਵਟ ਦੀ ਜਿਹੜੀ ਅਸ਼ੰਕਾ ਜ਼ਾਹਰ ਕੀਤੀ ਜਾ ਰਹੀ ਹੈ ਅਕੱਲੇ ਹਰਿਆਣੇ ਅਤੇ ਪੰਜਾਬ ਵਿੱਚ ਕਰੀਬ 17 ਲੱਖ ਹੈਕਟੇਰ ਦੇ ਵਿੱਚ ਬਾਸਮਤੀ ਖੇਤੀ ਹੁੰਦੀ ਰਹੀ ਹੈ ਪਰ ਇਸ ਵਾਰੀ ਕਰੋਨਾ ਵਾਇਰਸ ਅਤੇ ਦੂਜੇ ਅੰਤਰਰਾਸ਼ਟਰੀ ਕਾਰਨਾਂ ਦੇ ਨਾਲ ਇਸ ਖੇਤੀ ਦੇ ਵਿੱਚ 40 ਫੀਸਦੀ ਤੱਕ ਕਮੀ ਆ ਸਕਦੀ ਹੈ ਜਾਣਕਾਰਾਂ ਦਾ ਕਹਿਣਾ ਹੈ ਕਿ ਪੰਜਾਬ ਅਤੇ ਹਰਿਆਣੇ ਦੀ ਬੈਲਟ ਦੇ ਵਿੱਚ ਹੁਣ ਤੱਕ ਬਾਸਮਤੀ ਬੀਜ ਦੀ ਵਿਕਰੀ ਲਗਭਗ 42 ਪ੍ਰਤੀਸ਼ਤ ਹੋਈ ਹੈ ਹਾਲਾਂਕਿ ਹੁਣ ਲਗਭਗ 15 ਕੁ ਦਿਨ ਦਾ ਸਮਾਂ ਬਾਕੀ ਰਿਹਾ ਉਸ ਦੇ ਬਾਅਦ ਹੀ ਅੰਕੜੇ ਜਿਹੜੇ ਨੇ ਅਸਲੀ ਤਸਵੀਰ ਸਾਫ਼ ਸਾਹਮਣੇ ਆਵੇਗੀ ਇਸ ਕਟੌਤੀ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਪੰਜਾਬ ਅਤੇ ਹਰਿਆਣਾ ਦੇ ਲੱਖਾਂ ਮਜ਼ਦੂਰਾਂ ਦਾ ਆਪਣੇ ਘਰਾਂ ਨੂੰ ਵਾਪਸ ਜਾਣਾ ਦੱਸਿਆ ਜਾ ਰਿਹਾ ਹੈ ਕਰੋਨਾ ਵਾਇਰਸ ਦੇ ਚੱਲਦੇ ਵੱਡੀ ਸੰਖਿਆ ਦੇ ਵਿੱਚ ਪੰਜਾਬ ਅਤੇ ਹਰਿਆਣਾ ਤੋਂ ਬਾਸਮਤੀ ਤੇ ਹੋਰ ਝੋਨਾ ਲਾਉਣ ਵਾਲੇ ਜਿਹੜੇ ਮਜ਼ਦੂਰ ਨੇ ਉਹ ਲਗਭਗ 90% ਦੀ ਉਸ ਦੇ ਵਿੱਚ ਵਾਪਸ ਆਪਣੇ ਰਾਜਾਂ ਨੂੰ ਜਾ ਚੁੱਕੇ ਨੇ ਇਸ ਦੀ ਚਿੰਤਾ ਕਿਸਾਨਾਂ ਦੇ ਵਿੱਚ ਬਾਸਮਤੀ ਦੇ ਵਿਕਲਪ ਦੇ ਰੂਪ ਵਿੱਚ ਉੱਭਰ ਰਹੀ ਏ ਇੱਕ ਤੋਂ 2% ਕਿਸਾਨਾਂ ਨੇ ਡੀਐਸਰ ਮਤਲਬ ਸਿੱਧੀ ਬਿਜਾਈ ਪ੍ਰਣਾਲੀ ਨੂੰ ਵੀ ਅਪਣਾਇਆ ਤੇ ਬਾਸਮਤੀ ਬੀਜਣ ਦੀ ਕੋਸ਼ਿਸ਼ ਕੀਤੀ ਏ ਉਸ ਦੇ ਨਾਲ ਹੀ ਇੱਕ ਹਰਾਨ ਕਰਨ ਵਾਲੀ ਗੱਲ ਵੀ ਸਾਹਮਣੇ ਆਈ ਹੈ ਕਿ ਸਿੱਧੀ ਬਜਾਈ ਕਰਨ ਦੇ ਬਾਵਜੂਦ ਵੀ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਓਨੇ ਹੀ ਰਕਬੇ ਦੇ ਵਿੱਚ ਪਨੀਰੀ ਵੀ ਬੀਜੀ ਹੋਈ ਹੈ ਜਿੰਨੇ ਰਕਬੇ ਦੇ ਵਿੱਚ ਉਹ ਆਮ ਤੌਰ ਤੇ ਬੀਜਦੇ ਨੇ ਜਿਹੜੇ ਕਿਸਾਨ ਦੇ ਕੋਲ 25 ਏਕੜ ਜ਼ਮੀਨ ਹੈ ਉਸ ਨੇ ਸਾਰੀ ਜ਼ਮੀਨ ਦੇ ਵਿੱਚ ਜੇਕਰ ਸਿੱਧੀ ਬਜਾਈ ਵੀ ਕੀਤੀ ਹੈ ਉਸ ਦੇ ਬਾਵਜੂਦ ਵੀ ਉਸ ਨੇ ਨਾਲ ਹੀ ਜਿਹੜੀ 25 ਏਕੜ ਦੀ ਪਨੀਰੀ ਵੀ ਬੀਜ ਰੱਖੀ ਹੈ ਇਸ ਤਰ੍ਹਾਂ ਪ੍ਰਯੋਗ ਕਰਨ ਵਾਲੇ ਕਿਸਾਨ ਜਿਹੜੇ ਨੇ ਉਹ ਬਾਸਮਤੀ ਦੇ ਸਥਾਨ ਤੇ ਪਰਮਲ ਵੈਰਾਈਟੀਆਂ ਨੂੰ ਇਸ ਵਾਰੀ ਸਥਾਨ ਦੇ ਰਹੇ ਨੇ। ਇਹੀ ਕਾਰਨ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਵਿੱਚ ਪਰਮਲ ਝੋਨੇ ਦੀਆਂ ਸਾਰੀਆਂ ਵੈਰਾਈਟੀਆਂ ਦੇ ਬੀਜ ਜਿਹੜੇ ਨੇ ਉਹ ਲਗਭਗ 3 ਗੁਣਾ ਕੀਮਤ ਤੇ ਵਿਕੇ ਨੇ ਤੇ ਬਾਸਮਤੀ ਦੇ ਬੀਜ ਜਿਹੜੇ ਨੇ ਉਹ ਲਗਤ ਤੋਂ ਵੀ ਕਾਫੀ ਘੱਟ ਮੁੱਲ ਦੇ ਉੱਪਰ ਉਪਲਬਧ ਕਰਵਾਏ ਜਾ ਰਹੇ ਨੇ। ਦੂਜੇ ਪਾਸੇ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਵਿੱਚ ਵੀ ਜੇ ਆਪਾਂ ਕਪਾਹ ਦਾ ਰਕ ਬੇਦੀ ਗੱਲ ਕਰੀਏ ਤਾਂ ਉਹ ਵਧਿਆ ਹੈ ਹਰਿਆਣੇ ਦੇ ਵਿੱਚ ਇਸ ਵਾਰੀ 6 ਲੱਖ 75000 ਹੈਕਟੇਰ ਦੇ ਲਗਭਗ ਕਪਾਹ ਦੀ ਬਜਾਈ ਦਾ ਜਿਹੜਾ ਅਨੁਮਾਨ ਲਗਾਇਆ ਜਾ ਰਿਹਾ ਹੈ ਇੰਨਾ ਟਾਰਗੇਟ ਰੱਖਿਆ ਜਾ ਰਿਹਾ ਹੈ ਇਸ ਦੇ ਬਾਰੇ ਇਸ ਵਾਰੀ 10% ਤੱਕ ਜਿਹੜਾ ਘੱਟੋ ਘੱਟ ਜਿਹੜਾ ਵਾਧਾ ਵੀ ਹੋਇਆ ਇਸ ਕਪਾਹ ਦੀ ਫਸਲ ਦੇ ਵਿੱਚ ਬਜਾਈ ਦੇ ਮਾਮਲੇ ਨੂੰ ਲੈ ਕੇ ਉੱਥੇ ਹੀ ਪੰਜਾਬ ਦੇ ਵਿੱਚ 5 ਲੱਖ ਹੈਕਟੇਰ ਤੋਂ ਵਧੇਰੇ ਰਕਬੇ ਦੇ ਵਿੱਚ ਕਪਾਹ ਦੀ ਬਜਾਈ ਪਹੁੰਚ ਚੁੱਕੀ ਹੈ ਨਰਮੇ ਦੇ ਕਪਾਹ ਦੀ ਜੇ ਆਪਾਂ ਰਾਜਸਥਾਨ ਨੂੰ ਵੀ ਇਸ ਦੇ ਨਾਲ ਹੀ ਸ਼ਾਮਲ ਕਰ ਲਈਏ ਤਾਂ ਕੁੱਲ ਅੰਕੜਾ 15 ਲੱਖ ਹੈਕਟੇਰ ਦੇ ਨੇੜੇ ਜਾਣ ਦੀ ਪੂਰੀ ਸੰਭਾਵਨਾ ਹੈ ਕਪਾਹ ਤੇ ਨਰਮੇ ਦੀ ਬਜਾਈ ਦੀ ਬਾਸਮਤੀ ਦੇ ਉਤਪਾਦਨ ਦੇ ਵਿੱਚ ਕਮੀ ਦੀਆਂ ਜਿਹੜੀਆਂ ਅਸ਼ੰਕਾਵਾਂ ਨੂੰ ਵੇਂਦਿਆ ਹੋਇਆ ਆਉਣ ਵਾਲੀ ਫਸਲ ਦੇ ਜਿਹੜੇ ਰੇਟ ਨੇ ਉਹ ਵਧੀਆ ਰਹਿ ਸਕਦੇ ਨੇ ਜਾਂ ਫਿਰ ਵਧੀਆ ਤੋਂ ਵੀ ਜ਼ਿਆਦਾ ਵਧੀਆ ਮਿਲ ਸਕਦੇ ਨੇ ਕਿਸਾਨਾਂ ਨੂੰ ਕਿਉਂਕਿ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਬਾਸਮਤੀ ਦੀ ਮੰਗ ਜਿਹੜੀ ਹੈ ਉਹ ਪੂਰੀ ਤਰ੍ਹਾਂ ਬਣੀ ਹੋਈ ਹੈ ਤੇ ਘਰੇਲੂ ਬਾਜ਼ਾਰ ਦੇ ਵਿੱਚ ਵੀ ਬਾਸਮਤੀ ਪਹਿਲੀ ਪਸੰਦ ਬਣਦੀ ਜਾ ਰਹੀ ਹੈ ਇਸ ਦੀ ਅਪੂਰਤੀ ਜਿਹੜੀ ਹੈ ਉਹ ਘੱਟ ਹੋਣ ਦੇ ਕਾਰਨ ਇਸ ਦੇ ਰੇਟ ਆਉਣ ਵਾਲੇ ਸਮੇਂ ਦੌਰਾਨ ਵਧਣ ਦੀ ਸੰਭਾਵਨਾ ਹੈ ਪਰ ਪੂਰੀ ਤਸਵੀਰ ਜਿਹੜੀ ਹੈ ਉਹ 15 ਜੁਲਾਈ ਦੇ ਨੇੜੇ ਜਾ ਕੇ ਹੀ ਸਾਫ਼ ਹੋਵੇਗੀ ਕਿ ਕਿੰਨੇ ਰਕਬੇ ਦੇ ਵਿੱਚ ਬਾਸਮਤੀ ਦੀ ਕਿਸਾਨਾਂ ਨੇ ਬਿਜਾਈ ਕੀਤੀ ਹੈ ਜਾਂ ਫਿਰ ਬਾਸਮਤੀ ਵਾਲੀ ਥਾਂ ਦੇ ਉੱਪਰ ਪਰਮਲ ਝੋਨੇ ਨੂੰ ਪਹਿਲ ਦਿੱਤੀ ਗਈ ਜਾਂ ਇਸ ਤੋਂ ਇਲਾਵਾ ਮੱਕੀ ਕਪਾ ਨਰਮਾ ਜਾਂ ਫਿਰ ਉਹਨਾਂ ਥਾਵਾਂ ਦੇ ਉੱਪਰ ਹੋਰ ਫਸਲਾਂ ਬੀਜੀਆਂ ਗਈਆਂ ਨੇ ਆਉਣ ਵਾਲੇ ਸਮੇਂ ਦੌਰਾਨ ਪਤਾ ਲੱਗੇਗਾ ਤੇ ਜਿਵੇਂ ਹੀ ਕੋਈ ਨਵੀਂ ਜਾਣਕਾਰੀ ਸਾਨੂੰ ਮਿਲੇਗੀ ਉਹ ਆਪ ਸਭ ਕਿਸਾਨ ਭੈਣ ਭਰਾਵਾਂ ਨਾਲ ਸਾਂਝੀ ਕੀਤੀ ਜਾਵੇਗੀ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ